लुधियाना की अश्मीत सिंह म्यूजिकल एकेडमी, राजगुरु नगर में साहिबजादा एकेडमी और संस्था उड़ान एक नवी सोच की तरफ से सुरेंद्र सोडी की अध्यक्षता में विमेन अवार्ड व स्कूल कल्चर प्रतियोगिता करवाएगी। इसमें महानगर के 12 स्कूलों ने भाग लिया। रंगारंग कल्चरल कार्यक्रम में अलग अलग स्कूलों के बच्चों ने गिद्दा, भंगड़ा, समी, नृत्य और साथ में आप बाकी कल्चर प्रोग्राम पेश करके उपस्थित लोगों का मन मोह लिया। इस प्रतियोगिता में पूरे पंजाब से लोग आए। इस मौके पर तीसरे नंबर पर इंडस वर्ल्ड हाई स्कूल आया, दूसरे नंबर पर आरएस मॉडल हाई स्कूल और पहले नंबर पर गुरु नानक इंटरनेशनल स्कूल के बच्चों को विनर घोषित किया गया। मुख्य अतिथि के रूप में असिस्टेंट कमिश्नर ऑफ इनकम टैक्स डॉक्टर जितेंद्र पहुंचे, जिनका संस्था की तरफ से सम्मान भी किया गया। I have done MS Ophthalmology, eye specialist. Then I took a UPSC civil service exam, and then I posted as assistant commissioner of income tax in Ludhiana. I am very grateful to. ਸਤਿ ਸ਼੍ਰੀ ਅਕਾਲ ਜੀ, ਮੈਂ ਨੇਹਾ, ਅਸੀਂ ਆਰਐਸ ਮਾਡਲ ਸਕੂਲ ਤੋਂ ਆਏ ਹਾਂ। ਅਸੀਂ ਇੱਥੇ ਗਿੱਧਾ ਪਰਫੋਰਮ ਕੀਤਾ ਅਤੇ ਪਰਫੋਰਮ ਕਰਕੇ ਸਾਨੂੰ ਆਪਣੇ ਸੱਭਿਆਚਾਰ ਬਾਰੇ ਪਤਾ ਲੱਗਿਆ। ਇੱਦਾਂ ਦੇ ਫੰਕਸ਼ਨ ਹੋਣੇ ਚਾਹੀਦੇ ਹੈ ਤਾਂ ਕਿ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਵੀ ਪਤਾ ਲੱਗ ਸਕੇ। ਨਾਮ ਰੁਪਿੰਦਰ ਕੌਰ ਅਤੇ ਅਸੀਂ ਅੱਜ ਇੱਥੇ ਗਿੱਧ ਦਾ ਪ੍ਰੋਗਰਾਮ ਕਰਨ ਆਏ ਸੀ। ਇੱਥੇ ਅਸ਼ਮੀਤ ਅਕੈਡਮੀ 'ਚ ਫੋਕ ਕੰਪੀਟੀਸ਼ਨ ਹੋ ਰਿਹਾ ਹੈ ਅਤੇ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਅਤੇ ਸਾਰਿਆਂ ਨੂੰ ਬਹੁਤ ਵਧੀਆ ਟ੍ਰੇਨਿੰਗ ਨਾਲ ਇੱਥੇ ਕੰਪੀਟੀਸ਼ਨ ਦੇ ਵਿੱਚ ਲਿਆਂਦਾ ਗਿਆ ਅਤੇ ਸਭ ਨੇ ਬਹੁਤ ਅੱਛਾ ਪਰਫੋਰਮ ਕੀਤਾ। ਸਭ ਅਰੇਂਜਮੈਂਟਸ ਵੀ ਇੰਨੇ ਅੱਛੇ ਸੀਗੇ ਅਤੇ ਸਾਰਿਆਂ ਦੀ ਮਿਹਨਤ ਇੰਨੀ ਦਿਖ ਰਹੀ ਸੀ। ਔਰ ਅਸੀਂ ਹਰਪ੍ਰੀਤ ਮੈਮ ਵੱਲੋਂ ਟ੍ਰੇਨ ਕੀਤੇ ਗਏ ਹਾਂ, ਗਿੱਧਾ ਗਰਲਸ ਹਾਂ, ਆਰਐਸ ਮਾਡਲ ਤੋਂ ਆਏ ਹਾਂ ਅਤੇ ਹੋਰ ਵੀ ਬਹੁਤ ਅੱਛੀਆਂ ਅੱਛੀਆਂ ਚੀਜ਼ਾਂ ਸੀ। ਠੀਕ ਆ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਮਨ ਰਤਨ, ਮੈਂ ਦੁਰਾਏ ਤੋਂ ਬਿਲੋਂਗ ਕਰਦਾ। ਅੱਜ ਇੱਥੇ ਸਾਡੀ ਡਿਊਟੀ ਲੱਗੀ ਸੀਗੀ ਫੋਕ ਡਾਂਸ ਜਜਮੈਂਟ 'ਤੇ, ਜੋ ਮੈਡਮ ਆਪਣੇ ਸੁਰਿੰਦਰ ਕੌਰ ਸੋਢੀ ਜੀ ਨੇ ਕਰਵਾਇਆ ਇੱਥੇ। ਸੋ ਮੈਡਮ ਦਾ ਬਹੁਤ ਵਧੀਆ, ਇੱਕ ਬਹੁਤ ਸੋਹਣਾ ਉਪਰਾਲਾ ਸਾਨੂੰ ਲੱਗਿਆ ਕਿ ਹਾਂ, ਜਿੰਨੇ ਵੀ ਆਪਣੇ ਫੋਕ ਡਾਂਸਿਸ ਨੇ ਅਤੇ ਡਾਊਨ ਤੋਂ ਬਹੁਤ ਜ਼ਿਆਦਾ ਨੀਚੇ ਜਾ ਰਹੇ ਨੇ, ਸੋ ਉਹਨਾਂ ਨੂੰ ਇੱਕ ਉੱਪਰ ਲੈ ਕੇ ਆਉਣ ਦਾ ਬੀੜਾ ਮੈਡਮ ਨੇ ਚੱਕਿਆ ਵਾ। ਸੋ ਬਹੁਤ ਵਧੀਆ ਲੱਗਿਆ, ਬਹੁਤ ਸੋਹਣੀਆਂ ਟੀਮਸ ਸੀਗੀਆਂ ਜਿੰਨਾ ਵੀ ਕੰਪਟੀਸ਼ਨ ਹੋਇਆ। ਸੋ ਇਹੋ ਜਿਹਾ ਕੰਪਟੀਸ਼ਨ ਸ਼ਾਇਦ ਮਤਲਬ ਕਿਤੇ ਦੇਖਣ ਨੂੰ ਮਿਲੇ ਜੋ ਸਾਨੂੰ ਅੱਜ ਆਇਆ। ਇੰਨੀਆਂ ਸੋਹਣੀਆਂ ਟੀਮ ਸੀਗੀਆਂ, ਸੋ ਜਜਮੈਂਟ ਨੂੰ ਬਹੁਤ ਸੋਹਣਾ, ਯਾਨੀ ਕਿ ਸਾਨੂੰ ਵਧੀਆ ਹੰਗਾਰਾ ਮਿਲ ਰਿਹਾ ਵਾ ਟੀਮਸ ਵੱਲੋਂ। ਸੋ ਵਧੀਆ ਜਜਮੈਂਟ ਹੋਈ ਆ ਜੀ, ਜੋ ਅੱਗੇ ਦੇਖਦੇ ਹਾਂ ਜਿੰਨਾ ਵਧੀਆ ਬੈਸਟ ਹੁੰਦਾ। ਥੈਂਕ ਯੂ।
ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਮੀਤ, ਮੈਂ ਰਾਏਕੋਟ ਤੋਂ ਬਿਲੋਂਗ ਕਰਦਾ ਹਾਂ। ਅੱਜ ਸੁਰਿੰਦਰ ਕੌਰ ਮੈਡਮ ਦੇ ਬੁਲਾਵੇ ਦੇ ਉੱਤੇ ਅੱਜ ਅਸੀਂ ਸਾਰੇ ਜਾਣੇ ਇੱਥੇ ਪਹੁੰਚੇ ਹਾਂ। ਅੱਜ ਇੱਕ ਭੰਗੜੇ ਦਾ ਕੰਪੀਟੀਸ਼ਨ ਹੋ ਰਿਹਾ ਸੀਗਾ, ਜਿਹਦੇ ਵਾਸਤੇ ਜੱਜਮੈਂਟ ਵਾਸਤੇ ਸਾਨੂੰ ਬੁਲਾਇਆ ਗਿਆ ਇੱਥੇ। ਅਤੇ ਭੰਗੜਾ ਨਾਂ ਸੁਣਦੇ ਹੀ ਤੁਹਾਡੇ ਸਰੀਰ ਦੇ ਵਿੱਚ ਇੱਕ ਕੰਪਨੀ ਜੀ ਛਿੜ ਜਾਂਦੀ ਆ। ਗਿੱਧਾ ਭੰਗੜਾ ਹੋਵੇ ਅਤੇ ਤੁਹਾਡੇ ਪੈਰ ਥਿਰਕਣੋਂ ਨਾ ਰਹਿ ਜਾਣ, ਇਹ ਹੋ ਹੀ ਨਹੀਂ ਸਕਦਾ। ਅਤੇ ਅੱਜ ਉਹਦੀ ਜੱਜਮੈਂਟ ਸੀਗੀ ਅਤੇ ਜੱਜਮੈਂਟ ਬਹੁਤ ਟਫ ਸੀਗੀ। ਉਹ ਕਰਕੇ ਆਇਆ ਜਿਹੜੀ ਉਹ ਸਾਡੇ ਮਤਲਬ ਥੈਲਿਆਂ ਦੇ ਵਿੱਚ ਬੰਧ ਪਈ ਆ, ਅਤੇ ਜਦੋਂ ਜਾਵਾਂਗੇ ਤਾਂ ਅਸੀਂ ਖੋਲ੍ਹ ਕੇ ਪਟਾਰਾ ਅੱਗੇ ਰੱਖਾਂਗੇ। ਅਤੇ ਅਸੀਂ ਇਹ ਮੈਂ ਆਪਣੇ ਤੌਰ 'ਤੇ ਇੱਕ ਨਿੱਜੀ ਤੌਰ 'ਤੇ ਵਿਚਾਰ ਮੇਰੇ ਇਹ ਹੁੰਦੇ ਆ ਕਿ ਅੱਜ ਕੱਲ੍ਹ ਜਿਹੜਾ ਭੰਗੜੇ ਨੂੰ ਪ੍ਰਫੁੱਲਿਤ ਕਰਨਾ ਮਤਲਬ ਉਹਨੂੰ ਉਹਦਾ ਜਿਹੜਾ ਮਿਆਰ ਆ ਉਹ ਡਿੱਗਦਾ ਜਾ ਰਿਹਾ ਵਾ, ਅਤੇ ਉਹਨੂੰ ਅੱਛਾ ਅਪਗ੍ਰੇਡ ਕਰਨ ਲਈ ਅਸੀਂ ਉਹਦਾ ਵੀੜਾ ਚੁੱਕਿਆ ਹੋਇਆ ਵਾ। ਅਸੀਂ ਹਰ ਸਾਲ ਕੋਈ ਨਾ ਕੋਈ ਟੂਰ ਹੁੰਦੇ ਆ ਸਾਡੇ ਕੋਲ ਜਿਹੜੇ ਭੰਗੜੇ ਦੇ, ਅਸੀਂ ਫੋਰਨ ਲਈ ਲੈ ਕੇ ਜਾਂਦੇ ਹਾਂ। ਅੱਜ ਵੀ ਅਸੀਂ ਜਿਹੜੀ ਇੱਥੇ ਜੱਜਮੈਂਟ ਕੀਤੀ ਆ ਉਹ ਆਉਣ ਵਾਲੇ ਦਿਨਾਂ ਵਿੱਚ ਜਿਹੜੇ ਸਾਡੇ ਟੂਰ ਆ ਉਹਦੇ ਲਈ ਕੀਤੀ ਆ, ਅਤੇ ਸਾਨੂੰ ਬਹੁਤ ਚੰਗਾ ਲੱਗਿਆ। ਥੈਂਕ ਯੂ। ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਸੁਰਿੰਦਰ ਕੌਰ ਮੈਮ, ਜਿਨ੍ਹਾਂ ਨੇ ਆਰਗੇਨਾਈਜੇਸ਼ਨ ਸਟਾਰਟ ਕੀਤੀ, ਇੱਕ ਨਵੀਂ ਸੋਚ, ਇੱਕ ਨਵੀਂ ਉਡਾਨ। ਇੱਕ ਨਵੀਂ ਉਡਾਨ ਦਾ ਮਤਲਬ ਹੁੰਦਾ ਕਿ ਜਦੋਂ ਇੱਕ ਪਰਸਨ ਨੂੰ ਸੈਟਲਮੈਂਟ, ਉਹ ਆਪਦੇ ਕਰੀਅਰ ਨੂੰ ਸਟਾਰਟ ਕਰਦਾ, ਉਹਨੂੰ ਜੱਜਮੈਂਟ ਨਹੀਂ ਹੁੰਦੀ ਕਿ ਉਹਨੇ ਕੀ ਕਰਨਾ। ਉਹ ਉਡਾਨ ਲਈ ਜੋ ਆਪਾਂ ਨੂੰ ਸਟੈਪ ਬਾਏ ਸਟੈਪ ਜਾਣਾ ਹੁੰਦਾ, ਉਹਦੇ ਲਈ ਗਾਈਡੈਂਸ ਲੈਣੀ ਪੈਂਦੀ ਆ। ਸੋ ਵੀ ਸ਼ੁੱਡ ਟੇਕ ਫਰੋਮ ਆਰ ਐਕਸਪਰਟ ਟੀਚਰ ਸੁਰਿੰਦਰ ਕੌਰ ਮੈਮ। ਉਹਨਾਂ ਦਾ ਐਡਰੈਸ ਹੈ ਜੋ ਲੁਧਿਆਣੇ ਦੇ ਵਿੱਚ ਆ, ਇੱਕ ਸਾਹਿਬਜ਼ਾਦਾ ਇੰਸਟੀਟਿਊਸ਼ਨ ਉਹ ਚਲਾ ਰਹੇ ਆ। ਸੋ ਐਜ਼ ਅ ਜੱਜ ਅੱਜ ਮੈਨੂੰ ਇੱਥੇ ਬੁਲਾਇਆ ਗਿਆ ਸੀਗਾ। ਮੈਨੂੰ ਬਹੁਤ ਵਧੀਆ ਲੱਗੀਆਂ ਸਾਰੀਆਂ ਪਰਫੋਰਮੈਂਸ। ਮੈਮ ਬਹੁਤ ਵਧੀਆ ਗਾਈਡ ਕਰਦੇ ਆ, ਵੈਰੀ ਫਰੀ ਟੂ ਕਾਲ ਟੂ ਦੈਮ। ਜਦੋਂ ਮਰਜ਼ੀ ਤੁਸੀਂ ਉਹਨਾਂ ਨੂੰ ਕਾਲ ਸਕਦੇ ਹੋ, ਤੁਹਾਨੂੰ ਪਰਫੈਕਟਲੀ ਵੈਰੀ ਗੁੱਡ ਗਾਈਡ ਕਰਨਗੇ ਉਹ ਹਰੇਕ ਚੀਜ਼ ਬਾਰੇ, ਮਾਈਨਰ ਟੂ ਮੇਜਰ ਦੇ ਵਿਲ ਟੈਲ ਯੂ ਇਨ ਐਕਸਪਲੇਨੇਸ਼ਨ ਕਿ ਕਿਹੜੀ ਕੰਟਰੀ 'ਚ ਜਾਓ, ਕਿਹੜੇ ਸਕੋਰਸ ਨਾਲ ਤੁਹਾਨੂੰ ਕੀ ਐਡਮਿਸ਼ਨਸ, ਕਿਹੜੀ ਯੂਨੀਵਰਸਿਟੀਜ਼, ਕਿਹੜੇ ਸਕੂਲ 'ਚ ਮਿਲ ਸਕਦੇ ਹਨ। ਤੁਹਾਨੂੰ ਸਾਰੀ ਚੀਜ਼ ਡਿਟੇਲ ਸਮਝਾਉਣਗੇ, ਕੋਈ ਫੀਸ ਚਾਰਜ ਨਹੀਂ ਕਰਦੇ। ਫਾਈਨੈਂਸ਼ਲੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈ, ਤੁਹਾਨੂੰ ਪੂਰੀ ਸਪੋਰਟ ਕਰਨਗੇ। ਸੋ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਾਹਿਬਜ਼ਾਦਾ ਅਕੈਡਮੀ। ਥੈਂਕ ਯੂ ਐਂਡ ਹੈਵ ਅ ਨਾਈਸ ਡੇ। ਅੱਜ ਦਾ ਰਿਜ਼ਲਟ ਬਹੁਤ ਵਧੀਆ, ਸਟੂਡੈਂਟਸ ਨੇ ਬਹੁਤ ਹਾਰਡ ਵਰਕ ਕੀਤਾ, ਆਪਦੀਆਂ ਬਹੁਤ ਵਧੀਆ ਪਰਫੋਰਮੈਂਸ ਦਿੱਤੀਆਂ। ਜਿਵੇਂ ਕਿ ਆਪਣਾ ਕਲਚਰ ਬਹੁਤ ਡਾਊਨ ਜਾ ਰਿਹਾ, ਸਾਰੇ ਆਪਦੇ ਐਜੂਕੇਸ਼ਨ ਲੈਵਲ 'ਤੇ ਹਾਈ ਜਾ ਰਹੇ ਆ, ਲਾਈਕ ਗਿੱਧੇ ਭੰਗੜੇ ਨੂੰ ਬਹੁਤ ਬੈਕਗਰਾਊਂਡ ਕਰ ਰਿਹਾ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ, ਕੋਈ ਗਾਈਡ ਨਹੀਂ ਕਰ ਰਿਹਾ ਕਿ ਆਹ ਚੀਜ਼ ਇੱਕ ਅਪਗ੍ਰੇਡ 'ਤੇ ਹੋਣੀ ਚਾਹੀਦੀ ਆ। ਸੋ ਅੱਜ ਸਾਨੂੰ ਉਹ ਦੇਖ ਇੱਥੇ ਦੇਖਣ ਨੂੰ ਮਿਲਿਆ, ਬਹੁਤ ਵਧੀਆ ਲੱਗਿਆ। ਬਹੁਤ ਟਫ ਕੰਪੀਟੀਸ਼ਨ ਸੀ, ਸਾਨੂੰ ਡਿਸੀਜ਼ਨ ਲੈਣ 'ਚ ਬਹੁਤ ਪ੍ਰੋਬਲਮਸ ਆਈ, ਬਟ ਫਾਈਨਲੀ ਵੀ ਟੁੱਕ ਇਟ। ਬਹੁਤ ਵਧੀਆ ਲੱਗਿਆ ਇੱਥੇ ਆ ਕੇ। ਨੂਨ ਐਵਰੀਵਨ, ਵੀ ਆਰ ਹੇਅਰ ਐਟ ਅਸ਼ਮੀਤ ਅਕੈਡਮੀ। ਵੀ ਆਰ ਫਰੋਮ ਪੈਰਾਗੋਨ ਇੰਟਰਨੈਸ਼ਨਲ ਸਕੂਲ ਡੇਲੋ। ਵੀ ਆਰ ਵੈਰੀ ਹੈਪੀ ਦੈਟ ਦੇ ਹੈਵ ਗਿਵਨ ਅਸ ਦੀ ਐਕਸਪਲੋਜਰ ਐਂਡ ਦੇ ਆਰ ਗਿਵਿੰਗ ਦੀ ਸਟੂਡੈਂਟਸ ਟੂ ਕਮ ਫੋਰਵਰਡ ਐਂਡ ਸ਼ੋ ਦੇਅਰ ਟੈਲੈਂਟ। ਸੋ ਆਈ ਥਿੰਕ ਆਰ ਟੀਮ ਹੈਜ਼ ਪਰਫੋਰਮਡ ਵੈਲ ਐਂਡ ਅਦਰਸ ਆਲਸੋ ਆਰ ਵੈਰੀ ਵੈਲ। ਦੇ ਸ਼ੁੱਡ ਕੀਪ ਔਨ ਵਿਦ ਦਿਸ ਹਾਰਡ ਵਰਕ ਐਂਡ ਥੈਂਕ ਯੂ। ਹੈਲੋ, ਗੁੱਡ ਮੋਰਨਿੰਗ ਟੂ ਆਲ ਆਫ ਯੂ ਜੈਂਟਲਮੈਨ। ਜਸਟ ਯੂ ਸੀ ਦ ਗੈਦਰਿੰਗ ਔਰ ਦ ਸਿਚੁਏਸ਼ਨਸ, ਵਟ ਪ੍ਰੋਗਰਾਮ ਵੀ ਆਰ ਗਿਵਿੰਗ ਟੂ ਯੂ, I think you will appreciate and enjoy the best the program which I've given inside the people's learning this too much, especially this program given to the NGOs from outside who help the poor ladies and give the good management to all of you gentlemen. Thank you. Saibzad International Management Institute, ਡਾਇਰੈਕਟਰ ਸੁਰਿੰਦਰ ਸੋਢੀ। ਅੱਜ ਸਾਡੇ ਸਾਹਿਬਜ਼ਾਦਾ ਇੰਟਰਨੈਸ਼ਨਲ ਇੰਸਟੀਚਿਊਟ ਨੂੰ 1 ਸਾਲ ਕੰਪਲੀਟ ਹੋ ਗਿਆ। ਅੱਜ ਅਸ਼ਮੀਤ ਅਕੈਡਮੀ ਦੇ ਵਿੱਚ ਅਸੀਂ ਇਹ ਫੰਕਸ਼ਨ ਆਰਗੇਨਾਈਜ਼ ਕਰ ਰਹੇ ਹਾਂ, ਜਿਸ ਵਿੱਚ ਫੋਕ ਡਾਂਸ ਕੰਪੀਟੀਸ਼ਨ ਇਸ ਇੰਟਰ ਸਕੂਲ ਕੰਪੀਟੀਸ਼ਨ ਐਂਡ ਵੁਮੈਨ ਸੈਕਰੀਫਾਈਸ ਅਵਾਰਡ। ਅਸੀਂ ਸਕੂਲ ਦੇ ਟੋਟਲ 12 ਸਕੂਲਸ ਨੂੰ ਬੁਲਾਇਆ, 12 ਸਕੂਲਸ ਦੇ ਬੱਚੇ ਇੱਥੇ ਪਰਫੋਰਮ ਕਰ ਰਹੇ ਨੇ ਫੋਕ ਡਾਂਸ ਕੰਪੀਟੀਸ਼ਨ ਦੇ ਵਿੱਚ। ਐਂਡ ਸੈਕਿੰਡ ਸੈਕਰੀਫਾਈਸ ਵੁਮੈਨ ਅਵਾਰਡ, ਜਿਹਦੇ ਵਿੱਚ ਕਿ ਬਹੁਤ ਸਾਰੀਆਂ ਲੇਡੀਜ਼ ਨੇ ਜਿਹੜੀਆਂ ਪ੍ਰੋਫੈਸ਼ਨਲ ਨੇ ਔਰ ਐਕਟਿਵ ਨੇ ਇਸ ਕੰਮ ਦੇ ਵਿੱਚ ਔਰ ਸੈਕਰੀਫਾਈਸ ਵੀ ਕਰ ਰਹੀਆਂ ਨੇ, ਉਹਨਾਂ ਨੂੰ ਵੀ ਅਸੀਂ ਅੱਜ ਪ੍ਰਮੋਟ ਕਰ ਰਹੇ ਹਾਂ। ਔਰ ਸਾਹਿਬਜ਼ਾਦਾ ਇੰਟਰਨੈਸ਼ਨਲ ਮੈਨੇਜਮੈਂਟ ਇੰਸਟੀਚਿਊਟ ਉਡਾਨ ਇੱਕ ਨਵੀਂ ਸੋਚ ਅੱਜ ਨਵੀਂ ਲੈ ਕੇ ਆਇਆ, ਜਿਹੜੀ ਐਨ ਜੀ ਓ ਹੈ ਇਸ ਨੂੰ ਵੀ ਅਸੀਂ ਅੱਜ ਪ੍ਰਮੋਟ ਕਰਨਾ ਚਾਹੁੰਦੇ ਹਾਂ। ਥੈਂਕ ਯੂ, ਥੈਂਕਸ ਅਲੋਟ। ਆਏ ਹੋਏ ਸਭੀ ਮਹਿਮਾਨੋ ਔਰ ਅਤਿਥਿਓ ਕਾ ਧੰਨਵਾਦ ਕੀਆ ਮਿਸਿਸ ਸੋਢੀ ਨੇ। ਲਵ ਸਿੱਧੂ, ਵਾਇਸ ਆਫ ਏਸ਼ੀਅਨਸ, ਲੁਧਿਆਣਾ।